ਉਠੀਏ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੈਥੋਂ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਦੋ ਮਕਾਨ ਲੈ ਕੇ ਆਇਆ ਜੀ ਬਹੁਤ ਹੀ ਘੱਟ ਰੇਟ ਦੇ ਵਿੱਚ ਤੇ ਮਕਾਨ ਦੀ ਆਪਾਂ ਗੱਲਬਾਤ ਕਰਾਂਗੇ ਸ਼ੁਰੂ ਪਹਿਲਾ ਮਕਾਨ ਤੁਸੀਂ ਦੇਖ ਰਹੇ ਹੋ ਜੀ ਆ ਮਕਾਨ ਤੁਸੀਂ ਦੇਖ ਰਹੇ ਹੋ ਪੂਰਾ ਵਧੀਆ ਬਣਿਆ ਹੋਇਆ ਜੀ ਬੈੜਾ ਤੁਸੀਂ ਦੇਖ ਰਹੋ ਬਾਹਰ ਤੁਸੀਂ ਦੇਖ ਲਿਆ ਜੀ ਇਹਨਾਂ ਨੇ ਵੀਡੀਓ ਬਣਾ ਕੇ ਪੂਰੀ ਵਧੀਆ ਭੇਜੀ ਹੈ ਜੀ ਆਪਣੇ ਕੋਲ ਹੀ ਡਬਲ ਸਟੋਰੀ ਬਣਿਆ ਹੋਇਆ ਜੀ ਆ ਮਕਾਨ ਉੱਪਰ ਵੀ ਬਣੇ ਹੋਇਆ ਜੀ ਦੋ ਕਮਰੇ ਤੇ نیچے ਵੀ ਬਣਿਆ ਹੋਇਆ ਜੀ نیچے ਆਪਾਂ ਅੰਦਰ ਤੁਹਾਨੂੰ ਲੈ ਕੇ ਆ ਗਏ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਬਰਾਂਡਾ ਦੇਖਣ ਨੂੰ ਮਿਲੂਗਾ ਫਿਰ ਬਿਲਕੁਲ ਸਾਹਮਣੇ ਦੋ ਬੈਡਰੂਮ ਤੇ ਇੱਕ ਪਾਸੇ ਕਿਚਨ ਜੀ ਕਿਚਨ ਵਧੀਆ ਬਣਿਆ ਹੋਇਆ ਜੀ ਕਲਰ ਮਕਾਨ ਅੰਦਰੋਂ ਸਾਰਾ ਕੀਤਾ ਹੋਇਆ ਹੈ ਬਾਰੋਬੀ ਕਲਰ ਕੀਤਾ ਹੋਇਆ ਜੀ ਬੇੜਾ ਕਾਫੀ ਵੱਡਾ ਹੈ ਇੱਕ ਪਾਸੇ ਇਹਨਾਂ ਨੇ ਛੱਡ ਜਾ ਪਾਇਆ ਹੋਇਆ ਜੀ ਤੇ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਇਧਰਲੇ ਪਾਸੇ ਬਾਥਰੂਮ ਵਗੈਰਾ ਬਣਾਇਆ ਹੋਇਆ ਜੀ ਬਾਥਰੂਮ ਦੇ ਜਮਾ ਕੋਲ ਦੀ ਪੌੜੀਆਂ ਉੱਪਰ ਨੂੰ ਜਾਂਦੀਆਂ ਜੀ ਉੱਪਰ ਦੋ ਕਮਰੇ ਬਣੇ ਹੋਏ ਆ ਜੀ ਉੱਪਰ ਇੱਕ ਤਾਂ ਇਹਨਾਂ ਨੇ ਗੈਸਟ ਰੂਮ ਬਣਾਇਆ ਹੋਇਆ ਜੀ ਡਰਾਇੰਗ ਰੂਮ ਤੇ ਇੱਕ ਚ ਇਹਨਾਂ ਨੇ ਸਮਾਨ ਰੱਖਿਆ ਹੋਇਆ ਜੀ ਤੇ ਉੱਪਰੋਂ ਵੀ ਪੂਰਾ ਵਧੀਆ ਜੀ ਤੇ ਕਲਰ ਕੀਤਾ ਹੋਇਆ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ नीचे सारे केते पत्थर लगया होया जी ते जमे की तुसी देख रहो जी आ कमरा तुसी देखो बहुत ही बड्डा ते बढ़िया जी ते ऊपर बाथरूम भी बना होया ते लाइटिंग फिटिंग दा सारा सामान बढ़िया क्वालिटी दा इन्ना ने लगवाया होया जी बढ़िया पानी दी सप्लाई है आ तुसी देख रहो दूसरा कमरा इन्ना नु ड्राइंग रूम तैयार किता होया आ कमरे नु ते ऊपरो भी ऊपर पोडियां जांदियां इन्ना ने दिखाइयां भी अर जी जमे की तुसी देख रहो एक पासे ਆਪੋਰੀਆਂ ਦੇਖ ਵੀ ਰਹੀਆਂ ਜੀ ਵੀਡੀਓ ਦੇ ਅੰਦਰ ਜੀ ਤੇ ਆਸ-ਪਾਸੇ ਦੀ ਲੋਕੇਸ਼ਨ ਵੀ ਬਹੁਤ ਵਧੀਆ ਤੇ ਆ ਜਿਹੜਾ ਮਕਾਨ ਆਪਣੇ ਕੋਲੇ ਰੇਟ 'ਚ ਪਹੁੰਚਿਆ 40 ਲੱਖ ਦੇ 40 ਲੱਖ ਦੇ ਰੇਟ 'ਚ ਪਹੁੰਚੇ 160 ਗਾਜ ਜਗ੍ਹਾ ਜੀ ਬਾਕੀ ਜਿਹੜਾ ਰੇਟ ਹੈ ਉਹ ਅਲੱਗ-ਅਲੱਗ ਏਰੀਆ 'ਚ ਅਲੱਗ-ਅਲੱਗ ਰੇਟ ਹੁੰਦਾ ਜੀ ਆਪਣੇ ਕੋਲੇ ਆਹ ਮਕਾਨ ਕੁਰਕ ਖੇਤਰਾ ਏਰੀਆ 'ਚੋਂ ਪਹੁੰਚਿਆ ਜੀ ਜਿੰਨੇ ਮੇਰੇ ਭਰਾ ਕੁਰਕ ਖੇਤਰਾ ਏਰੀਆ 'ਚ ਰਹਿੰਦੇ ਆ ਆਸਿਪ ਅਸਰ ਰਹਿੰਦੀ ਜਿੰਨਾ ਮੇਰੇ ਭੈਣਾਂ ਰਹਿੰਦੀਆਂ ਆਪਣੇ ਕੋਲੇ ਕਾਫੀ ਕਮੈਂਟ ਵੀ ਆਉਂਦੇ ਹੁੰਦੇ ਆ ਕਿ ਇੱਧਰ ਦੇ ਏਰੀਆ ਚ ਸਾਨੂੰ ਮਕਾਨ ਕੋਠੀ ਦਿਖਾਓ ਜੀ ਆਪਾਂ ਲੈ ਕੇ ਹਾਜ਼ਰਾਂ ਬਾਕੀ ਰੇਟ ਤੁਸੀਂ ਮਾਲਕ ਨਾਲ ਮੁਕਾ ਲਿਓ ਦੇਖ ਲਿਓ ਤੇ ਨੰਬਰ ਮੈਂ ਤੁਹਾਨੂੰ ਦੇ ਦਿੰਨਾ ਚਾਹੀਦਾ ਨੰਬਰ ਹੈ ਜੀ 958838207 ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਮਕਾਨ ਨੂੰ ਤੇ ਖਰੀਦ ਸਕਦੇ ਹੋ ਜੀ ਤੇ ਜਿਹੜਾ ਆਪਣੇ ਕੋਲੇ ਦੂਜਾ ਮਕਾਨ ਪਹੁੰਚਿਆ ਜੀ ਇਹਨਾਂ ਨੂੰ ਪੈਸਾ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਲੋਡ ਕਰਕੇ ਵਿਕਾਉਗਾ ਰੇਟ ਵੀ ਬਹੁਤ ਘਟਾਇੰ ਸਾਰਾ ਕੁਸ਼ਚਨਾ ਨੇ ਦੱਸਿਆ ਵੀਡੀਓ ਬਣਾ ਕੇ ਭੇਜੀ ਆ ਤੁਸੀਂ ਦੇਖੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਇਹ ਆਪਣਾ ਘਰ ਦੀ ਵੱਡਾ ਗੇਟ ਲੱਗਿਆ ਹੋਇਆਗਾ ਜੀ ਬਿਲਕੁਲ ਵੱਡਾ ਗੇਟ ਆ ਜੀ ਇਹ ਵੱਡਾ ਗੇਟ ਆ ਜੀ ਇਹ ਦੋ ਕਮਰੇ ਆ ਜੀ ਇੱਕ ਕਮਰਾ ਸੀਗਾ ਜੀ 14 ਬਾਈ 14 ਦਾ ਇੱਕ ਕਮਰਾਸ ਹੈ ਜੀ 14 ਮਈ 14 ਦਾ 3 ਸੀਟ ਜੜੇ ਹੋਏ ਆ ਜੀ ਸ਼ਟਰ ਟੋਟਲ ਜਗਾ ਬਾਈ ਜੀ ਇਹ 4 ਵਿਸਵੇ ਆ ਮਰਲੇ ਆ 7 ਜੀ ਆਪਾਂ ਇਹਦਾ ਰੇਟ ਰੱਖਿਆ ਜੀ ਟੋਟਲ ਹੀ 2 ਲੱਖ ਰੁਪਏ ਗੇਟ ਦੋ ਕਮਰੇ ਸ਼ੈੱਡ ਸਾਰਾ ਕੁਝ ਬਾਈ ਜੀ ਇਹ ਵੇਚ ਦੇਣਾ ਐਮਰਜੈਂਸੀ ਆ ਪੈਸੇ ਦੀ ਇਸ ਕਰਕੇ ਵੇਚ ਰਹੇ ਹਾਂ ਜੀ ਕਿਸ ਕਿਸੇ ਨੂੰ ਲੋਡ ਹੋਵੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨ 915 00 65 00 91500 ਪੂਰਾ 65000 ਜੀ ਇਹ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਲੈਣ ਡਿਸਟ੍ਰਿਕਟ ਮਾਨਸਾ ਪਿੰਡ ਬਹਿਣੀਵਾਲ ਤਲਵੰਡੀ ਸਾਬੋ ਦੇ ਨੇੜੇ ਆ ਜੀ 2 ਲੱਖ ਰੇਟ ਰੱਖਿਆ ਜੀ ਆਪਾਂ ਸਾਰੇ ਵੀਡੀਓ ਦੀ ਗੱਲਬਾਤਾਂ ਹੋ ਗਈ ਜੀ ਤੁਸੀਂ ਦੇਖ ਲਓ ਜੀ ਆ ਮਕਾਨ ਵੀ ਤੇ ਪਹਿਲਾ ਵਾਲਾ ਮਕਾਨ ਵੀ ਇਹਨਾਂ ਨੂੰ ਪੈਸਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੇਰੀ ਭੈਣਾਂ ਦੀ ਤੇ ਮੇਰੇ ਭਰਾਵਾਂ ਦੀ ਮੇਰੇ ਵੱਡੇ ਬਜ਼ੁਰਗਾਂ ਦੀ ਕਈ ਮੈਨੂੰ ਕਮੈਂਟ ਵੀ ਆਉਂਦੇ ਹੁੰਦੇ ਆ ਫੋਨ ਵੀ ਕਰਕੇ ਕਹਿੰਦੇ ਆ ਵੀ ਸਾਨੂੰ ਬਹੁਤ ਹੀ ਘੱਟ ਰੇਟ 'ਚ ਮਕਾਨ ਦਿਖਾਓ ਜੀ ਇਸ ਤੋਂ ਘੱਟ ਰੇਟ ਹੋ ਹੀ ਨਹੀਂ ਸਕਦਾ ਜੀ ਮਿਲ ਹੀ ਨਹੀਂ ਸਕਦਾ 2 ਲੱਖ ਦੇ ਵਿੱਚ ਕੀ ਆਉਂਦਾ ਜੀ 2 ਲੱਖ ਦੇ ਵਿੱਚ ਦੋ ਕਮਰੇ ਮੂਰੇ ਛੱਡ ਪਾਇਆ ਹੋਇਆ ਜੀ ਤੇ ਸਾਰੀ ਜਗ੍ਹਾ ਤੇ ਮੇਨ ਗੇਟ ਲੱਗਿਆ ਹੋਇਆ ਲੋਹੀ ਦਾ ਉਹ ਵੀ ਕਾਫੀ ਹੈਵੀ ਝੀ ਇੰਨਾ ਕੁਝ ਮਿਲ ਰਿਹਾ ਇਹ ਤੋਂ ਸਸਤਾ ਤਾਂ ਕੁਝ ਵੀ ਨਹੀਂ ਹੈਗਾ ਜੀ ਗਰੰਟੀ ਲੈਣਾ ਜੀ ਮੈਂ ਇਸ ਤੋਂ ਸਸਤਾ ਮਿਲ ਹੀ ਨਹੀਂ ਸਕਦਾ ਜੀ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਤੇ ਗੱਲਬਾਤ ਕਰ ਲਿਓ ਤੇ ਕੋਈ ਵੀ ਮਕਾਨ ਤੁਸੀਂ ਖਰੀਦਣਾ ਹੋਵੇ ਚਾਹੇ ਪਹਿਲਾ ਵਾਲਾ ਚਾਹੇ ਦੂਜਾ ਜੀ ਖਰੀਦ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਆਪਣੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਤੇ ਕਿਸੇ ਮੇਰੇ ਭਰਾ ਕੋਲੇ ਮੇਰੇ ਵੱਡੇ ਬਜ਼ੁਰਗ ਕੋਲੇ ਮਕਾਨ ਹੋਵੇ ਕੋਠੀ ਹੋਵੇ ਸੇਲ ਕਰਨ ਵਾਸਤੇ ਤਾਂ ਆਪਾਂ ਨੂੰ ਵੀਡੀਓ ਬਣਾ ਕੇ ਤੇ ਜਾਣਕਾਰੀ ਸਾਰੀ ਭੇਜ ਸਕਦੋਂ ਤੇ ਵੀਡੀਓ ਤੁਸੀਂ ਮੈਨ ਗੇਟ ਤੋਂ ਬਣਾਉਣੀ ਸਟਾਰਟ ਕਰਿਆ ਕਰੋ ਜਿਵੇਂ ਕਿ ਇਹਨਾਂ ਨੇ ਬਣਾਈ ਜੀ ਤੇ ਵੀਡੀਓ ਘਟੋ-ਘਟ 4 ਤੋਂ 5 ਮਿੰਟ ਦੀ ਜਰੂਰ ਬਣਾਇਆ ਕਰੋ ਜੀ ਤੇ ਬਿਲਕੁਲ ਆਰਾਮ ਦੇ ਨਾਲ ਤੇ ਹੌਲੀ-ਹੌਲੀ ਪੂਰੀ ਵੀਡੀਓ ਬਣਾਇਆ ਕਰੋ ਤਾਂ ਕਿ ਜਿਹਨੇ ਮਕਾਨ ਜਾਂ ਕੋਠੀ ਖਰੀਦਣੀ ਹੋਵੇ ਉਹਨਾਂ ਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਸਕੇ ਜੀ ਭੇਜ ਦਿਆ ਕਰੋ ਨਾ ਕੋਈ ਆਪਾਂ ਨੂੰ ਮੈਸੇਜ ਕਰਕੇ ਪੁੱਛਣ ਦੀ ਲੋੜ ਆ ਵੀ ਅਸੀਂ ਐਡ ਕਰਾਉਣੀ ਹੈ ਤੇ ਤੁਸੀਂ ਕਰ ਦੋਗੇ ਆਪਾਂ ਕਰਦੇ ਆ ਨਾ ਤੁਸੀਂ ਪੁੱਛੋ ਸਿੱਧਾ ਆਪਾਂ ਨੂੰ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਕੋਠੀ ਤੇ ਵੀਡੀਓ ਬਣਾ ਕੇ ਇਹ ਜਾਣਕਾਰੀ ਸਾਰੀ ਦੀ ਸਾਰੀ ਤੇ ਐਡ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਲਗਾ ਦਾਂਗੇ ਜੀ ਬਾਕੀ ਤੁਹਾਡੇ ਰਿਸ਼ਤੇਦਾਰ ਕੋਲੇ ਮਿੱਤਰ ਕੋਲੇ ਕੋਈ ਵੀ ਯਾਰ ਦੋਸਤ ਕੋਲੇ ਕੋਠੀ ਹੋਵੇ ਸੇਲ ਕਰਨ ਵਾਸਤੇ ਤਾਂ ਉਹਨਾਂ ਨੂੰ ਵੀ ਆਪਣਾ ਵਟਸਐਪ ਨੰਬਰ ਜ਼ਰੂਰ ਦੇ ਦਿਆ ਕਰੋ ਜੀ ਆਪਣੇ ਚੈਨਲ ਬਾਰੇ ਉਹਨਾਂ ਨੂੰ ਦੱਸਿਆ ਕਰੂ ਕੀ ਬਿਲਕੁਲ ਫਰੀ ਦੇ ਵਿੱਚ ਐਡ ਕਰਦੇ ਆ ਬਾਕੀ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਮਕਾਨ ਕੋਠੀ ਚਾਹੀਦੀ ਹੈ ਜਿਹਨੇ ਖਰੀਦਣ ਹੋਵੇ ਮੇਰੇ ਭੈਣ ਨੇ ਮੇਰੇ ਵੱਡੇ ਬਜ਼ੁਰਗ ਨੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੇਂ ਕੋਠੇ ਮਕਾਨ ਦੇ ਨਾਲ ਜੀ